ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੁਲਿਸ ਕਨਸਟੇਬਲ ਵਾਲਿਆਂ ਲਈ ਅੱਜ ਮੈਂ ਮੌਕ ਟੈਸਟ ਲੈ ਕੇ ਆਇਆ ਹਾਂ ਇਹ ਮੌਕ ਟੈਸਟ 35 ਨੰਬਰ ਦਾ ਹੋਊਗਾ ਜਿਸ ਦੇ ਵਿੱਚ ਪੰਜਾਬ ਜੀਕੇ ਦੇ ਕੁਐਸਚਨ ਪੋਲਿਟੀ ਦੇ ਕੁਐਸਚਨ ਸਾਇੰਸ ਐਂਡ ਟੈਕਨੋਲੋਜੀ ਦੇ ਕੁਐਸਚਨ ਕਰੰਟ ਅਫੇਅਰ ਦੇ ਕੁਐਸਚਨ ਸਾਰਾ ਕੁਝ ਮਿਕਸ ਹੋਊਗਾ ਇਸੇ ਤਰ੍ਹਾਂ ਦੇ ਹੀ ਕੁਐਸਚਨ ਤੁਹਾਨੂੰ ਮਿਕਸ 35 ਨੰਬਰ ਦੇ ਵਿੱਚ ਤੁਹਾਡੇ 2024 ਕਨਸਟੇਬਲ ਦੇ ਪੇਪਰ ਵਿੱਚ ਦੇਖਣ ਨੂੰ ਮਿਲਣਗੇ ਤੇ ਸਾਰੇ ਜਣੇ ਨੰਬਰ ਦੇ ਉੱਤੇ ਮੈਸੇਜ ਜ਼ਰੂਰ ਕਰ ਲਿਓ ਅਪਡੇਟ ਤੁਹਾਨੂੰ ਮਿਲ ਜੂਗਾ ਕੋਈ ਵੀ ਇਸ ਪੇਪਰ ਨਾਲ ਰਿਲੇਟਡ ਆਊਗਾ ਐਗਜ਼ਾਮ ਡੇਟ ਨਾਲ ਰਿਲੇਟਡ ਆਊਗਾ ਸਿਲੇਬਸ ਮੇਰੇ ਗਰੁੱਪਾਂ ਦੇ ਵਿੱਚ ਪਿਆ ਉੱਥੇ ਜਾ ਕੇ ਦੇਖ ਲਿਓ ਗਰੁੱਪਾਂ ਦਾ ਲਿੰਕ WhatsApp ਦੇ ਉੱਤੇ ਮਿਲੇਗਾ ਚਲੋ ਭਾ ਇਸ ਟੈਸਟ ਨੂੰ ਕਰਦੇ ਹਾਂ ਸ਼ੁਰੂ ਠੀਕ ਹੈ ਫਸਟ ਕੁਐਸਚਨ ਆਪਣੇ ਕੋਲ ਮਹਾਰਾਜਾ ਰਣਜੀਤ ਸਿੰਘ ਦੇ ਤਾਜ ਪੋਸ਼ੀ ਦੀ ਰਸਮ ਕਿਸ ਨੇ ਕੀਤੀ ਸੀ অপਸ਼ਨ ਤੁਹਾਡੇ ਸਾਹਮਣੇ ਆ ਅ 35 ਵਿੱਚੋਂ ਜੇਕਰ ਤੁਹਾਡੇ ਨੰਬਰ 30 ਜਾਂ 30 ਪਲੱਸ ਬਣਦੇ ਆ ਤਾਂ ਸਮਝੋ ਤੁਹਾਡੀ ਤਿਆਰੀ ਵਧੀਆ ਚੱਲ ਰਹੀ ਹੈ ਠੀਕ ਹੈ ਜੇ 30 ਤੋਂ ਘੱਟ ਹੈ ਤਾਂ ਤੁਹਾਨੂੰ ਤਿਆਰੀ ਕਰਨ ਦੀ ਜ਼ਰੂਰਤ ਹੈ ਹੋਰ ਅ ਜ਼ਿਆਦਾ ਤਿਆਰੀ ਕਰੋ ਠੀਕ ਹੈ ਇਸ ਦਾ ਰਾਈਟ ਆਨਸਰ ਮੈਂ ਦੱਸਣ ਲੱਗਿਆ ਹਾਂ ਨਾਲ ਦੀ ਨਾਲ ਤੁਸੀਂ ਨੋਟ ਕਰਨੇ ਆ ਤੁਹਾਡੇ ਕਿੰਨੇ ਆਨਸਰ ਸਹੀ ਹੋਏ ਤੇ 35 ਵਿੱਚੋਂ ਕਿੰਨੇ ਨੰਬਰ ਆਏ ਕਮੈਂਟ ਕਰਕੇ ਸਾਰਿਆਂ ਨੇ ਜ਼ਰੂਰ ਦੱਸਣਾ ਹੈ ਕਾਫੀ ਇੰਟਰਸਟਿੰਗ ਆਪਸ਼ਨ ਪਾਏ ਹੋਏ ਆ ਮੈਂ ਇਸ ਤਰ੍ਹਾਂ ਦੇ ਹੀ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਵੀ ਦੇਖਣ ਨੂੰ ਮਿਲਣਗੇ ਇਹਨਾਂ ਵਿੱਚੋਂ ਕੁਝ ਕੁਐਸਚਨ ਤਾਂ 2023 ਦੇ ਪੇਪਰ ਵਿੱਚ ਵੀ ਪੁੱਛੇ ਗਏ ਆ ਸਹੀ ਉੱਤਰ ਹੋ ਜੂਗਾ ਸਾਹਿਬ ਸਿੰਘ 베ਦੀ ਠੀਕ ਹੈ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਤਾਜ ਪੋਸ਼ੀ ਦੀ ਰਸਮ ਕੀਤੀ ਸੀ ਠੀਕ ਹੈ ਸਾਹਿਬ ਸਿੰਘ 베ਦੀ ਜੀ ਅ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੰਸ਼ਸ਼ੋ ਸਨ ਠੀਕ ਹੈ ਨੈਕਸਟ ਆ ਗਿਆ ਦੇਸੀ ਮਹੀਨਾ ਚੇਤ ਅੰਗਰੇਜ਼ੀ ਦੇ ਕਿਸ ਮਹੀਨੇ ਤੋਂ ਸ਼ੁਰੂ ਹੁੰਦਾ ਹੈ ਦੇਸੀ ਮਹੀਨਿਆਂ ਨਾਲ ਰਿਲੇਟਡ ਕੁਐਸਚਨ 2023 ਦੇ ਵਿੱਚ ਵੀ ਪੁੱਛੇ ਗਏ ਤੇ ਇਸ ਤਰ੍ਹਾਂ ਦੇ ਹੀ ਕੁਐਸਚਨ 2024 ਦੇ ਵਿੱਚ ਵੀ ਪੁੱਛੇ ਜਾ ਸਕਦੇ ਆ ਸਹੀ ਉੱਤਰ ਹੋ ਜੂਗਾ ਮਾਰਚ অপਸ਼ਨ ਡੀ फटाफट ਆਨਸਰ ਸੋਚ ਲਿਆ ਕਰੋ ਜਦੋਂ ਕੁਐਸਚਨ ਤੁਹਾਡੇ ਸਾਹਮਣੇ ਆਉਂਦਾ ਠੀਕ ਹੈ ਮੈਂ ਸਿਰਫ ਕੁਐਸਚਨ ਬੋਲੂਗਾ অপਸ਼ਨ ਤੁਸੀਂ ਆਪ ਪੜ੍ਹ ਕੇ ਆਨਸਰ ਸੋਚਣਾ ਹੈ ਨੈਕਸਟ ਕੁਐਸਚਨ ਆ ਗਿਆ ਆਪਣੇ ਕੋਲ ਭਾਰਤ ਦੇ ਸੰਵਿਧਾਨ ਦੀ ਡੈਸ਼ ਸੋਧ ਨੇ VOTING ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕਰ ਦਿੱਤੀ ਸੀ ਕਿਹੜੀ ਸੋਧ ਨੇ 21 ਸਾਲ ਤੋਂ ਉਮਰ ਘਟਾ ਕੇ 18 ਸਾਲ ਕਰ ਦਿੱਤੀ ਸੀ ਸਹੀ ਉੱਤਰ ਹੋ ਜੂਗਾ 60ਵੀਂ ਸੋਧ অপਸ਼ਨ ਡੀ ਬਿਨਾ ਤੁੱਕਾ ਲਗਾਏ ਕਿੰਨੇ ਸਹੀ ਹੋਏ ਉਹ ਤੁਸੀਂ ਦੱਸਿਓ ISRO ਦੁਆਰਾ ਹਾਲ ਹੀ ਵਿੱਚ ਲਾਂਚ ਕੀਤਾ ਗਿਆ INSAT 3DS ਕਿਸ ਕਿਸਮ ਦਾ ਉਪਗ੍ਰਹਿ ਹੈ? ਸਹੀ ਉੱਤਰ ਮੈਂ ਦੱਸਣ ਲੱਗਿਆ ਜਲਦੀ ਸੋਚ ਲਓ ਆਨਸਰ ਪੇਪਰ ਦੇ ਵਿੱਚ ਤੁਸੀਂ ਤੁੱਕੇ ਵੀ ਲਗਾ ਸਕਦੇ ਆ ਕਿਉਂਕਿ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੈ ਪਰ ਤੁੱਕੇ ਵੀ ਤੁਸੀਂ ਤਾਂ ਹੀ ਲਗਾਉਂਗੇ ਜੇ ਤੁਸੀਂ ਵਧੀਆ ਤਰੀਕੇ ਨਾਲ ਤਿਆਰੀ ਕਰੋਗੇ ਠੀਕ ਹੈ ਤਾਂ ਹੀ ਤੁਸੀਂ ਥੋੜਾ ਜਿਹਾ ਐਨਲਾਈਜ਼ ਕਰਕੇ ਸਹੀ ਆਨਸਰ ਕਰ ਸਕੋਗੇ ਸਹੀ ਉੱਤਰ ਇਸ ਦਾ ਹੋ ਜੂਗਾ অপਸ਼ਨ B ਮੌਸਮ ਵਿਗਿਆਨ ਉਪਕਰਣ ਹੈ 1947 ਦੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਕੌਣ ਸਨ অপਸ਼ਨ ਤੁਹਾਡੇ ਸਾਹਮਣੇ ਆ ਸੋਚੋ ਅਨਸਰ ਇਸ ਦਾ ਇਸ ਦਾ ਰਾਈਟ ਆਨਸਰ ਹੋ ਜੂਗਾ ਆਪਸ਼ਨ ਬੀ ਮੋਲਾਨਾ ਅਬੁਲ ਕਲਾਮ ਆਜ਼ਾਦ ਮੋਬਾਈਲ ਟਾਵਰਾਂ ਅਤੇ ਮੋਬਾਈਲ ਹੈਂਡਸੈਟਾਂ ਦੇ ਐਂਟੀਨਾ ਤੋਂ ਕਿਹੜੀ ਊਰਜਾ ਨਿਕਲਦੀ ਹੈ ਸਹੀ ਉੱਤਰ ਹੋ ਜੂਗਾ ਸੋਚ ਲਓ ਜਲਦੀ ਮੈਂ ਦੱਸਣ ਲੱਗਿਆ ਆਨਸਰ ਆਪਸ਼ਨ ਏ ਇਲੈਕਟ੍ਰੋਮੈਗਨੇਟਿਕ ਫੀਲਡ ਰੇਡੀਏਸ਼ਨ ਠੀਕ ਹੈ ਇਹ ਆਪਣੇ ਮੋਬਾਈਲਾਂ ਤੋਂ ਨਿਕਲਦਾ ਤੇ ਮੋਬਾਈਲ ਟਾਵਰਾਂ ਤੋਂ ਨੈਕਸਟ ਆ ਗਿਆ ਹਿਮੜੀ ਨਾਮਕ ਲੋਕ ਗੀਤ ਕਿਸ ਦੁਆਰਾ ਗਾਏ ਜਾਂਦੇ ਹਨ ਪੰਜਾਬ ਦੇ ਕਲਚਰ ਨਾਲ ਰਿਲੇਟਡ ਕੁਐਸਚਨ ਆ ਗਿਆ ਇਹ ਪੇਪਰ ਦੇ ਵਿੱਚ ਕਲਚਰ ਨਾਲ ਰਿਲੇਟਡ ਕੁਐਸਚਨ ਵੀ ਤੁਹਾਨੂੰ ਪੁੱਛੇ ਜਾਣੇ ਆ। ਸਹੀ ਉੱਤਰ ਹੋ ਜੂਗਾ ਮਰਦਾ ਨਾਲ ਰਿਲੇਟਡ ਆ ਇਹ। ਨੈਕਸਟ ਕੁਐਸਚਨ ਆ ਗਿਆ ਆਪਣੇ ਕੋਲ ਪੰਜਾਬ ਮੰਡੀ ਬੋਰਡ ਦੀ ਸਥਾਪਨਾ ਕਦੋਂ ਕੀਤੀ ਗਈ ਸੀ? ਪੰਜਾਬ ਮੰਡੀ ਬੋਰਡ ਦੀ ਸਥਾਪਨਾ ਕਦੋਂ ਕੀਤੀ ਗਈ? ਸਹੀ ਉੱਤਰ ਹੋ ਜੂਗਾ অপਸ਼ਨ A 1961 ਦੇ ਵਿੱਚ। ਨੈਕਸਟ ਆ ਗਿਆ ਹੈਦਰ ਸ਼ੇਖ ਮੇਲਾ ਕਿੱਥੇ ਲੱਗਦਾ ਹੈ ਪੰਜਾਬ ਦੇ ਮੇਲੇ ਤਿਹਾਰ ਇਹਨਾਂ ਨਾਲ ਰਿਲੇਟਡ ਵੀ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਆਉਣਾ ਹੀ ਆਉਣਾ ਹੈ ਰਾਈਟ ਆਨਸਰ ਹੋ ਜੂਗਾ ਮਲੇਰ ਕੋਟਲਾ অপਸ਼ਨ ਬੀ ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਸਮਾਨਤਾ ਦੇ ਅਧਿਕਾਰ ਨਾਲ ਸੰਬੰਧਿਤ ਹਨ ਸਨਮਾਨ ਸਮਾਨਤਾ ਦੇ ਅਧਿਕਾਰ ਨਾਲ ਸੰਬੰਧਿਤ ਕਿਹੜੇ अनुच्छेद हैं इसदा सही उत्तर होजुगा ऑप्शन बी 14 ਤੋਂ ਲੈ ਕੇ 18 ਜਿਹੜੇ ਅਨੁਛੇਦ ਹੈ ਸੰਵਿਧਾਨ ਦੇ ਵਿੱਚ ਇਹ ਸਮਾਨਤਾ ਦੇ ਅਧਿਕਾਰ ਨਾਲ ਸੰਬੰਧਿਤ ਹੈ ਹਾਲ ਹੀ ਵਿੱਚ ਕਿਸ ਰਾਜ ਨੇ ਰਾਜ ਵਿਧਵਾ ਪੁਨਰ ਵਿਆਹ ਪ੍ਰਸਥਾਣ ਯੋਜਨਾ ਸ਼ੁਰੂ ਕੀਤੀ ਹੈ ਯੋਜਨਾ ਨਾਲ ਰਿਲੇਟਡ ਕੁਐਸਚਨ ਪੇਪਰ ਦੇ ਵਿੱਚ ਕਰੰਟ ਅਫੇਅਰ ਦੇ ਵਿੱਚ ਆ ਸਕਦਾ ਹੈ ਕਿਸੇ ਨਾ ਕਿਸੇ ਸ਼ਿਫਟ ਵਿੱਚ ਸਹੀ ਉੱਤਰ ਹੋ ਜੂਗਾ ਚਾਰਖੰਡ ਚਾਰਖੰਡ ਨੇ ਇਹ ਯੋਜਨਾ ਸ਼ੁਰੂ ਕੀਤੀ ਹੈ ਸੂਫੀ ਕਾਵਤਾਰਾਂ ਦੇ ਮੋਢੀ ਕਵੀ ਕੌਣ ਹਨ ਸਹੀ ਉੱਤਰ ਇਸ ਦਾ ਸਭ ਨੂੰ ਪਤਾ ਹੀ ਹੋਊਗਾ ਸ਼ੇਖ ਫਰੀਦ ਜੀ অপਸ਼ਨ ਸੀ ਪੰਜਾਬ ਦੇ ਪਹਿਲੇ ਰਾਜਪਾਲ ਕੌਣ ਸਨ ਇਹ ਵੀ ਕਾਫੀ ਆਸਾਨ ਕੁਐਸਚਨ ਹੈ ਮੈਂ ਪੜਾਇਆ ਵੀ ਹੋਇਆ ਪਹਿਲਾਂ ਸਹੀ ਉੱਤਰ ਹੋ ਜੂਗਾ অপশন এ বি चंदूलाल माधवलाल त्रिवेदी नेक्स्ट क्वेश्चन बड़े पद्रते वैसाखी जोड़ मेला किस गुरु साहिबान ने शुरू किया थी 1699 दी वैसाखी वाले दिन श्री गुरु गोविंद सिंह जी ने खालसा पंथ दी साजना की थी आनंदपुर साहिबिखे पर वैसाखी 1699 ਤੋਂ ਪਹਿਲਾਂ ਵੀ ਮਨਾਈ ਜਾਂਦੀ ਰਹੀ ਹੈ ਤਾਂ ਵੱਡੇ ਪੱਧਰ ਤੇ ਜੋੜ ਮੇਲਾ ਵਿਸਾਖੀ ਦਾ ਜੋ ਸ਼ੁਰੂ ਕੀਤਾ ਕਿਸ ਗੁਰੂ ਸਾਹਿਬਾਨ ਨੇ ਸ਼ੁਰੂ ਕੀਤਾ ਹੋ ਸਕਦਾ ਤੁਸੀਂ ਇਹ ਕੁਸ਼ਚਨ ਪਹਿਲੀ ਵਾਰ ਦੇਖ ਰਹੇ ਹੋ ਮੋ ਠੀਕ ਹੈ ਪਰ ਇੰਪੋਰਟੈਂਟ ਕੁਸ਼ਚਨ ਹੈ ਇਹ ਸ੍ਰੀ ਗੁਰੂ ਅਮਰਦਾਸ ਜੀ ਨੇ ਠੀਕ ਹੈ অপਸ਼ਨ ਸੀ ਜੋ ਅਲੱਗ ਕੁਸ਼ਚਨ ਇਸ ਚੈਨਲ ਦੇ ਉੱਤੇ ਤੁਹਾਨੂੰ ਮਿਲਣਗੇ ਪਰ ਇੰਪੋਰਟੈਂਟ ਕੁਸ਼ਚਨ ਮਿਲਣਗੇ ਠੀਕ ਹੈ ਹੋ ਸਕਦਾ ਹੈ ਇਹ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਵੀ ਦੇਖਣ ਨੂੰ ਮਿਲੇ ਕਿਉਂਕਿ ਜਿਹੜਾ ਕਾਮਨ ਕੁਐਸਚਨ ਹੈ ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ 1699 ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਠੀਕ ਹੈ ਬਸਾਖੀ ਤੁਹਾਨੂੰ ਪਤਾ ਹੀ ਹੈ ਹਰ ਸਾਲ ਮਨਾਈ ਜਾਂਦੀ ਹੈ ਠੀਕ ਹੈ ਚਲੋ ਨੈਕਸਟ ਕੁਐਸਚਨ Hindu Sabha ਦੀ ਸਥਾਪਨਾ ਕਿੱਥੇ ਕੀਤੀ ਗਈ ਸੀ Hindu Sabha ਦੀ ਸਥਾਪਨਾ ਕਿੱਥੇ ਕੀਤੀ ਗਈ ਸੀ ਸਹੀ ਉੱਤਰ ਹੋ ਜੂਗਾ ਅੰਮ੍ਰਿਤਸਰ ਆਪਸ਼ਨ A ਨੈਕਸਟ ਕੁਐਸਚਨ ਹੜੱप्पा ਕਿਹੜੀ ਨਦੀ ਦੇ ਕਿਨਾਰੇ ਤੇ ਸੀ ਹੜੱप्पा ਕਿਹੜੀ ਨਦੀ ਦੇ ਕਿਨਾਰੇ ਦੇ ਉੱਤੇ ਸੀ ਰਾਈਟ ਆਨਸਰ ਹੋ ਜੂਗਾ ਰਾਵੀ ਮੈਂ ਪਲੇਲਿਸਟ ਬਣਾਈ ਹੋਈ ਹੈ ਉੱਥੇ ਜਾ ਕੇ ਸਾਰੀਆਂ ਵੀਡੀਓਜ਼ ਦੇਖ ਲਿਓ ਠੀਕ ਹੈ ਟੋਪਿਕ ਵਾਈਜ਼ ਤੁਹਾਨੂੰ ਵਧੀਆ ਕੁਐਸਚਨ ਮੈਂ ਪਾਏ ਹੋਏ ਆ ਉੱਥੇ ਠੀਕ ਹੈ ਤਾਂ ਜੋ ਤੁਹਾਡੀ ਤਿਆਰੀ ਵਧੀਆ ਹੋ ਸਕੇ ਪੰਜਾਬ ਰਾਜ ਮੈਲਾ ਕਮਿਸ਼ਨ ਦਾ ਮੁੱਖ ਦਫ਼ਤਰ ਕਿੱਥੇ ਹੈ ਹਰਮਨਦੀਪ ਸਿੰਘ ਦੇ ਨਾਮ ਦੇ ਉੱਤੇ ਪਲੇਲਿਸਟ ਮਿਲ ਜੂਗੀ ਕਨਸਟੇਬਲ 2024 ਦੀ ਉੱਥੇ ਮੇਰੀਆਂ ਸਾਰੀਆਂ ਵੀਡੀਓ ਤੁਹਾਨੂੰ ਮਿਲ ਜੂंगी ਆ ਸਹੀ ਉੱਤਰ ਹੋ ਜੂਗਾ ਚੰਡੀਗੜ੍ਹ ਠੀਕ ਹੈ ਪੰਜਾਬ ਦੇ ਕਾਫੀ ਦਫ਼ਤਰ ਚੰਡੀਗੜ੍ਹ ਦੇ ਵਿੱਚ ਵੀ ਆ ਠੀਕ ਹੈ ਮੋਹਾਲੀ ਦੇ ਵਿੱਚ ਵੀ ਆ ਕੁਝ ਪਟਿਆਲੇ ਦੇ ਵਿੱਚ ਵੀ ਆ ਠੀਕ ਹੈ ਬਾਕੀ ਅਲੱਗ-ਅਲੱਗ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਵੀ ਹੋਣਗੇ 1968 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਕੌਣ ਸਨ ਸਹੀ ਉੱਤਰ ਹੋ ਜੂਗਾ ਜਸਟਿਸ ਮਹਿਰ ਸਿੰਘ অপਸ਼ਨ A ਕਿਹੜੀ ਸੰਸਥਾ ਭਾਰਤ ਵਿੱਚ ਡਿਜੀਟਲ ਪੇਮੈਂਟਸ ਇੰਡੈਕਸ ਜਾਰੀ ਕਰਦੀ ਹੈ ਡੀਪੀਆਈ ਦੀ ਫੁੱਲ ਫਾਰਮ ਡਿਜੀਟਲ ਪੇਮੈਂਟਸ ਇੰਡੈਕਸ ਕਿਹੜੀ ਸੰਸਥਾ ਜਾਰੀ ਕਰਦੀ ਹੈ ਆਰਬੀਆਈ ਰਿਜ਼ਰਵ ਬੈਂਕ ਆਫ ਇੰਡੀਆ অপਸ਼ਨ ਏ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਕਿੱਥੇ ਹੈ ਸਹੀ ਉੱਤਰ ਮੈਂ ਦੱਸਣ ਲੱਗਿਆ ਸੋਚ ਲਓ ਜਲਦੀ অপਸ਼ਨ ਏ ਬਿਲਕੁਲ ਸਹੀ ਹੈ ਹੁਸ਼ਿਆਰਪੁਰ ਚੰਡੀਗੜ੍ਹ ਦੇ ਮੁਕੰਮਲ ਹੋਣ ਤੱਕ ਪੂਰਬੀ ਪੰਜਾਬ ਦੀ ਅਸਥਾਈ ਰਾਜਧਾਨੀ ਕਿਹੜੀ ਸੀ ਮਿਲਾਂ অপਸ਼ਨ ਡੀ ਜੇ ਚੁਣਿਆ ਬਿਲਕੁਲ ਸਹੀ ਹੈ ਨੈਕਸਟ ਆ ਗਿਆ ਲਾਸਾਨੀ ਸ਼ਬਦ ਦਾ ਸਮਾਨਾਰਥੀ ਸ਼ਬਦ ਦੱਸੋ ਲਾਸਾਨੀ ਸ਼ਬਦ ਦਾ ਸਮਾਨਾਰਥੀ ਸ਼ਬਦ ਦੱਸਣਾ ਹੈ ਇਹਨਾਂ ਦੇ ਵਿੱਚੋਂ ਸਹੀ ਉੱਤਰ ਹੋਊਗਾ ਅਦੁੱਤੀ অপਸ਼ਨ ਡੀ ਭਾਰਤ ਵਿੱਚ ਦਾਜ ਰੋਕੂ ਕਾਨੂੰਨ ਕਦੋਂ ਬਣਾਇਆ ਗਿਆ ਸੀ ਨੈਕਸਟ ਕੁਐਸਚਨ ਹੈ ਇਹ ਭਾਰਤ ਵਿੱਚ ਦਾਜ ਰੋਕੂ ਕਾਨੂੰਨ ਕਦੋਂ ਬਣਾਇਆ ਗਿਆ ਸੀ 1961 ਦੇ ਵਿੱਚ অপਸ਼ਨ A ਰਾਈਟ ਆਨਸਰ ਹੋ ਜੂਗਾ ਨੈਕਸਟ ਆਪਣੇ ਕੋਲ ਗੁਰਬਾਣੀ ਦੀਆਂ 17 ਆ ਗਈਆਂ ਠੀਕ ਹੈ ਇਹ 17 ਤੁਸੀਂ ਦੱਸਣੀ ਆ ਕਿ ਕਿਸ ਗੁਰੂ ਸਾਹਿਬਾਨ ਦੀਆਂ ਹਨ ਕਾਫੀ ਇੰਪੋਰਟੈਂਟ ਕੁਐਸਚਨ ਹੈ ਇਹ ਉਪਰੋਕਤ ਗੁਰਬਾਣੀ 17 ਕਿਸ ਗੁਰੂ ਸਾਹਿਬਾਨ ਦੀਆਂ ਹਨ ਸਹੀ ਉੱਤਰ ਹੋ ਜੂਗਾ ਸ੍ਰੀ ਗੁਰੂ ਨਾਨਕ ਦੇਵ ਜੀ ਆਪਸ਼ਨ ਏ ਨੈਕਸਟ ਕਰੰਟ ਅਫੇਅਰ ਚੋ ਕੁਐਸਚਨ ਆ ਗਿਆ ਖੇਡ ਨਾਲ ਰਿਲੇਟਡ ਪੁਰਸ਼ ਜੂਨੀਅਰ ਏਸ਼ੀਆ ਹਾਕੀ 2023 ਦਾ ਖਿਤਾਬ ਕਿਸ ਦੇਸ਼ ਨੇ ਜਿੱਤਿਆ ਸਹੀ ਉੱਤਰ ਹੋ ਜੂਗਾ ਇੰਡੀਆ ਨੇ ਇਹ ਖਿਤਾਬ ਜਿੱਤਿਆ ਪੰਜਾਬ ਵਿੱਚ ਕੁੱਲ ਕਿੰਨੇ ਪਿੰਡ ਹਨ 2011 ਦੀ ਜਨਗਣਨਾ ਦੇ ਮੁਤਾਬਕ ਕਿੰਨੇ ਪਿੰਡ ਹੈ ਪੰਜਾਬ ਦੇ ਵਿੱਚ ਕੁੱਲ ਰਾਈਟ ਆਨਸਰ ਹੋ ਜੂਗਾ ਇਸ ਦਾ অপਸ਼ਨ ਡੀ 12581 ਸਮਾਜਵਾਦੀ ਅਤੇ ਧਰਮ ਨਿਰਪੱਖ ਸ਼ਬਦਾਂ ਨੂੰ ਇਸ ਦੁਆਰਾ ਪ੍ਰਸਤਾਵਨਾ ਦਾ ਹਿੱਸਾ ਬਣਾਇਆ ਗਿਆ ਕਿਹੜੀ ਸੋਧ ਦੁਆਰਾ ਪ੍ਰਸਤਾਵਨਾ ਦਾ ਹਿੱਸਾ ਬਣਾਇਆ ਗਿਆ ਸਮਾਜਵਾਦੀ ਅਤੇ ਧਰਮ ਨਿਰਪੱਖ ਸ਼ਬਦਾਂ ਸਹੀ ਉੱਤਰ ਹੋ ਜੂਗਾ 42ਵੀਂ ਸੋਦ ਦੁਆਰਾ ਆਪਸ਼ਨ ਡੀ 인ਦਰਾ ਗਾਂਧੀ ਮੈਲਾ ਸਨਮਾਨ ਨਿਧੀ ਕਿਸ ਰਾਜ ਯੂਟੀ ਵਿੱਚ ਸ਼ੁਰੂ ਕੀਤੀ ਗਈ ਸਹੀ ਉੱਤਰ ਹੋ ਜੂਗਾ ਹਿਮਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹ ਯੋਜਨਾ ਸ਼ੁਰੂ ਹੋਈ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਪੰਚਾਇਤ ਦਾ ਮੈਂਬਰ ਬਣਨ ਲਈ ਘੱਟੋ-ਘੱਟ ਉਮਰ ਦੀ ਲੋੜ ਡੈਸ਼ ਹੈ ਕਿੰਨੀ ਉਮਰ ਚਾਹੀਦੀ ਹੈ ਘੱਟੋ-ਘੱਟ ਪੰਚਾਇਤ ਦਾ ਮੈਂਬਰ ਬਣਨ ਦੇ ਲਈ 21 ਸਾਲ অপਸ਼ਨ ਸੀ ਨੈਕਸਟ ਕੁਐਸਚਨ ਆ ਗਿਆ ਆਪਣੇ ਕੋਲ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਦੋਂ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਦੋਂ ਹੋਈ ਸਹੀ ਉੱਤਰ 1920 ਦੇ ਵਿੱਚ ਆਪਸ਼ਨ ਡੀ ਭਾਰਤ ਵਿੱਚ ਕਿਸ ਦੇਸ਼ ਤੋਂ ਇਕੱਲੇ ਨਾਗਰਿਕਤਾ ਦੀ ਧਾਰਨਾ ਨੂੰ ਅਪਣਾਇਆ ਗਿਆ ਹੈ ਕਿਹੜੇ ਦੇਸ਼ ਤੋਂ ਇਕੱਲੇ ਨਾਗਰਿਕਤਾ ਨੂੰ ਲਿਆ ਗਿਆ ਹੈ ਰਾਈਟ ਆਨਸਰ ਹੋ ਜੂਗਾ ਇੰਗਲੈਂਡ ਆਪਸ਼ਨ ਹੈ ਸੀ ਭਾਰਤ ਵਿੱਚ ਲਿਖੇ ਵਿੱਚੋਂ ਕਿਹੜਾ ਜੰਗਲ ਸੰਭਾਲ ਅੰਦੋਲਨ ਸੀ ਸਾਰਿਆਂ ਨੂੰ ਪਤਾ ਹੀ ਹੋਊਗਾ ਇਸ ਨਾਲ ਰਿਲੇਟਡ ਕੁਐਸਚਨ ਬਹੁਤ ਆਉਂਦਾ ਪੇਪਰਾਂ ਦੇ ਵਿੱਚ ਸਹੀ ਉੱਤਰ ਹੋਊਗਾ ਚਿਪਕੋ ਅੰਦੋਲਨ ਆਪਸ਼ਨ ਡੀ ਸੁੰਦਰ ਲਾਲ ਬੋਗੂਨਾ ਨਾਮ ਤੁਸੀਂ ਸੁਣਿਆ ਹੀ ਹੋਊਗਾ ਜੋ ਕਿ ਚਿਪਕੋ ਅੰਦੋਲਨ ਨਾਲ ਰਿਲੇਟਡ ਸਨ ਕਿਸੇ ਰਾਜ ਵਿਧਾਨ ਮੰਡਲ ਵਿੱਚ ਲਿਖਿਆਂ ਵਿੱਚੋਂ ਕਿਸ ਨੂੰ ਉੱਪਰਲਾ ਸਦਨ ਕਿਹਾ ਜਾਂਦਾ ਹੈ ਰਾਜ ਵਿਧਾਨ ਮੰਡਲ ਦੇ ਵਿੱਚ ਉੱਪਰਲਾ ਸਦਨ ਕਿਸ ਨੂੰ ਕਿਹਾ ਜਾਂਦਾ ਹੈ ਸਹੀ ਉੱਤਰ ਹੋ ਜੂਗਾ অপਸ਼ਨ A ਵਿਧਾਨ ਪਰਿਸ਼ਦ ਉੱਪਰਲਾ ਸਦਨ ਹੁੰਦਾ ਹੈ ਨਿਮਨਲਿਖਤ ਟੀਮਾਂ ਵਿੱਚੋਂ ਕਿਹੜੀ ਟੀਮ ਨੇ ਸੰਤੋਸ਼ ਟਰਾਫੀ ਫੁੱਟਬਾਲ ਚੈਂਪੀਅਨਸ਼ਿਪ 2023 ਜਿੱਤੀ ਕਰੰਟ ਅਫੇਅਰ ਤੁਹਾਨੂੰ 2023 ਦੇ ਵੀ ਸਾਰੇ ਤੁਸੀਂ ਕਰਨੇ ਆ ਕਿਉਂਕਿ 2023 ਦੇ ਵਿੱਚ ਜੋ ਕਨਸਟੇਬਲ ਦਾ ਪੇਪਰ ਹੋਇਆ ਉਸ ਦੇ ਵਿੱਚ 2022 ਦੇ ਵੀ ਕਰੰਟ ਅਫੇਅਰ ਦੇਖਣ ਨੂੰ ਮਿਲੇ ਠੀਕ ਹੈ ਸੋ 24 ਦੇ ਦਾ ਤੁਸੀਂ ਕਰਨੇ ਹੀ ਕਰਨੇ ਆ 23 ਦੇ ਵੀ ਕਰਨੇ ਹਨ 24 ਦੇ ਤੁਸੀਂ ਅ ਜਦੋਂ ਤੁਹਾਡੇ ਪੇਪਰ ਦੀ ਐਗਜ਼ਾਮ ਡੇਟ ਆਊਗੀ ਜਦੋਂ ਮੈਂ ਇਹ ਵੀਡੀਓ ਬਣਾ ਰਿਹਾ ਫਿਲਹਾਲ ਕੋਈ ਵੀ ਐਗਜ਼ਾਮ ਡੇਟ ਨਹੀਂ ਆਈ ਉਸ ਤੋਂ ਪਹਿਲਾਂ ਵਾਲੇ ਸਾਰੇ ਹੀ ਤੁਸੀਂ ਮਹੀਨਿਆਂ ਦੇ ਕਰਨੇ ਆ ਠੀਕ ਹੈ ਅ ਇਸ ਦਾ ਸਹੀ ਉੱਤਰ ਹੋਊਗਾ ਆਪਣੇ ਕੋਲ ਕਰਨਾਟਕ অপਸ਼ਨ ਸੀ ਲਾਸਟ ਕੁਐਸਚਨ ਜਾਦਵਿੰਦਰਾ ਗਾਰਡਨ ਕਿੱਥੇ ਸਥਿਤ ਹੈ? ਜਾਦਵਿੰਦਰਾ ਗਾਰਡਨ ਕਿੱਥੇ ਹੈ? ਪਿੰਜੌਰ ਦੇ ਵਿੱਚ ਆ। ਠੀਕ ਹੈ? ਪਿੰਜੌਰ ਹਿਮਾਚਲ ਦੇ ਵਿੱਚ ਪੈਂਦਾ ਜਾਂ ਹਰਿਆਣੇ ਦੇ ਵਿੱਚ? ਜਿਨ੍ਹਾਂ ਨੂੰ ਪਤਾ ਏ ਉਹ ਜ਼ਰੂਰ ਕਮੈਂਟ ਕਰਕੇ ਦੱਸੋ। ਠੀਕ ਹੈ? ਅ ਸਾਰੇ ਜਣੇ ਆਪਣੇ ਆਪਣੇ ਨੰਬਰ ਦੱਸੋ 35 ਵਿੱਚੋਂ ਤੁਹਾਡੇ ਕਿੰਨੇ ਨੰਬਰ ਆਏ? ਜਿਨ੍ਹਾਂ ਦੇ 30+ ਨੰਬਰ ਆ ਉਹਨਾਂ ਨੂੰ ਮੁਬਾਰਕਾਂ। ਪਰ ਤੁਸੀਂ ਓਵਰ ਕੌਨਫੀਡੈਂਸ ਨਹੀਂ ਹੋਣਾ ਠੀਕ ਹੈ ਆਪਣੀ ਹੋਰ ਵਧੀਆ ਤਿਆਰੀ ਕਰਨੀ ਹੈ ਨੈਕਸਟ ਟਾਈਮ ਪੂਰੇ ਬਟਾ ਪੂਰੇ ਨੰਬਰ ਲੈਣ ਦੀ ਕੋਸ਼ਿਸ਼ ਕਰਨੀ ਹੈ 35/35 ਠੀਕ ਹੈ ਜਿਨ੍ਹਾਂ ਦੇ ਨੰਬਰ 30 ਤੋਂ ਘੱਟ ਆਏ ਹਨ ਕੋਈ ਗੱਲ ਨਹੀਂ ਹੋਰ ਮਿਹਨਤ ਕਰੋ ਤੁਹਾਡੇ ਨੰਬਰ ਹੋਰ ਵਧਣਗੇ ਅਗਲੇ ਮੌਕ ਟੈਸਟ ਦੇ ਵਿੱਚ ਤੁਹਾਡੇ ਨੰਬਰ ਵੀ ਵਧੀਆ ਆਉਣਗੇ ਜੇ ਤੁਸੀਂ ਵਧੀਆ ਢੰਗ ਨਾਲ ਤਿਆਰੀ ਕਰੋਗੇ ਠੀਕ ਹੈ ਬਾਕੀ ਪੇਪਰ ਵਧੀਆ ਹੋਊਗਾ ਜੇ ਤੁਸੀਂ ਵਧੀਆ ਤਰੀਕੇ ਨਾਲ ਪੜ੍ਹੋਗੇ ਧੰਨਵਾਦ